ਅਸੀਂ ਸਾਰੇ ਸੁੱਤੇ ਪਏ ਸੀ, ਰੌਲਾ ਪੈਂਦਾ ਸੀ ਅਸੀਂ ਪਤਾ ਨਹੀਂ ਕੀ ਹੋਇਆ ਅਤੇ ਬਾਹਰ ਗੱਡੀ 'ਚੋਂ ਗੱਡੀ ਜਦੋਂ ਅਸੀਂ ਭੰਨਣ ਲੱਗ ਪਏ ਤਲਵਾਰਾਂ ਮਾਰੀਆਂ ਕਹਿੰਦੇ ਆ ਜਾਓ ਬਾਹਰ ਜਦੋਂ ਅਸੀਂ ਹੁਣ ਸਾਨੂੰ ਦੇਖ ਲਵਾਂਗੇ ਗਾਲਾਂ ਕੱਢੀਆਂ ਉਹਨਾਂ ਨੇ ਬਹੁਤ ਗੰਦੀਆਂ ਗੰਦੀਆਂ ਜਿਹੜੀਆਂ ਮੈਂ ਨਹੀਂ ਦੱਸ ਸਕਦਾ ਫਿਰ ਉਹਨੇ ਫੇਅਰ ਵੀ ਕੀਤੇ ਕਹਿੰਦੇ ਸਾਨੂੰ ਹਿਸਾਬ ਨਹੀਂ ਦੇਣਾ ਪੈਣਾ ਫੇਅਰਾਂ ਦਾ ਤੁਹਾਡੇ ਕੋਲ ਲਾਇਸੈਂਸੀ ਸਾਡੇ ਕੋਲ ਨਹੀਂ ਲਾਇਸੈਂਸੀ ਅਤੇ ਅਸੀਂ ਮੈਂ ਕਿਹਾ ਚੱਲ ਦੇਖੀਏ ਬਾਹਰ ਕੀ ਹੋਇਆ ਨਾ ਬਸ ਇੱਧਰ ਮੇਰਾ ਭਰਾ ਬਾਹਰ ਆਇਆ ਅਤੇ ਉਹਨੇ ਮੇਰੇ ਭਰਾ ਨੂੰ ਆਉਂਦੇ ਨੂੰ ਹੀ ਉਹ ਇੱਧਰੋਂ ਪਤਾ ਨਹੀਂ ਕਿੱਧਰੋਂ ਆ ਗਿਆ ਭਾਅ ਜੀ ਉਹਨੇ ਆਉਂਦੇ ਨੇ ਭਰਾ ਨੂੰ ਕੋਮੇਟੇ ਨੂੰ ਫੜ ਲਿਆ ਉਹਦੇ ਸਿਰ 'ਚ ਮਾਰੀਆਂ ਤਲਵਾਰਾਂ ਉਹਦੇ ਟੱਕ ਲੱਗੀ ਉਹ ਆ ਉਹਨਾਂ ਦੇ ਸਿਰ ਟੱਕ ਲਾਏ ਜੀ ਵੱਢ ਦਿੱਤਾ ਉਹਨੇ ਚੰਗਾ ਵੱਢਿਆ ਮੇਰੀ ਮੰਮੀ ਆ ਕੇ ਮੰਮੀ ਨੇ ਬਚਾਇਆ ਉੱਪਰ ਆ ਕੇ ਲੰਮੀ ਪੈ ਗਈ ਰੌਲਾ ਰੂਲਾ ਪਾ ਕੇ ਉੱਪਰ ਬੁੜੀਆਂ ਨੇ ਵੀ ਰੌਲਾ ਬਹੁਤ ਪਾਇਆ ਪੁੱਤ ਨਾ ਵੱਢੋ ਨਾ ਵੱਢੋ ਰੱਬ ਨਾ ਕਰੇ ਕਿਸੇ ਦਾ ਵੀ ਪੁੱਤ ਆ ਉਹਨਾਂ ਦਾ ਵੀ ਆ ਕੱਲ੍ਹ ਉਹਨਾਂ ਦੇ ਵੀ ਵੱਢ ਹੋ ਸਕਦੇ ਕਿਤੇ ਨਾ ਕਿਤੇ ਕੋਈ ਵੀ ਵੱਢ ਸਕਦਾ ਠੀਕ ਹੈ ਜੀ ਹੁਣ ਸਾਨੂੰ ਤਾਂ ਸਾਡੇ ਤਾਂ ਘਰ ਬਾਹਰ ਜਾਣਾ ਵੀ ਔਖਾ ਹੋ ਗਿਆ ਜਿੱਦਾਂ ਉਹ ਆਉਂਦੇ 25-25-30 ਤਲਵਾਰਾਂ ਲੈ ਕੇ ਜੀ ਉੱਡਦੇ ਜਾਂਦੇ ਆ ਉਹਨਾਂ ਦੇ ਘਰ ਵੱਡੇ ਜੀ ਇੱਥੇ ਵੀ 7-8 ਗੇਟ ਵੱਡੇ ਹੋ ਆ ਹਾਂਜੀ ਨਵਾਂ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 11 ਦੇ ਕਰੀਬ ਨੌਜਵਾਨਾਂ ਨੇ ਪਿੰਡ ਦੇ ਇੱਕ ਵਿਅਕਤੀ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜ਼ਿਕਰਯੋਗ ਹੈ ਕਿ ਰਾਤ ਵੇਲੇ ਇਹਨਾਂ ਹਮਲਾਵਰਾਂ ਨੇ ਗਲੀ ਵਿੱਚ ਖੜੀਆਂ ਗੱਡੀਆਂ ਦੀ ਵੀ ਪੰਨਤੋੜ ਕੀਤੀ ਉਧਰ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇੱਥੋਂ ਤੱਕ ਕਿ ਹਮਲਾਵਰਾਂ ਨੇ ਘਰਾਂ ਦੇ ਬਾਹਰ ਲੱਗੇ ਮੀਟਰ ਅਤੇ ਗੇਟਾਂ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਉਧਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਹਿਲਾਂ ਤਾਂ ਭਾਜੀ ਅਸੀਂ ਸੁੱਤੇ ਪਏ ਸਾਰੇ ਘਰਦੇ ਕਿੰਨੇ ਕੁ ਵਜੇ ਦੀ ਘਟਨਾ ਕਰਨਾ ਇਹ 11 ਕੁ ਵਜੇ ਦੀ ਕੋਈ ਤਕਰੀਬ ਦੀ ਗੱਲ ਆ ਅਸੀਂ ਸਾਰੇ ਸੁੱਤੇ ਪਏ ਸੀ ਰੌਲਾ ਪੈਂਦਾ ਸੀ ਅਸੀਂ ਪਤਾ ਨਹੀਂ ਕੀ ਹੋਇਆ ਅਤੇ ਬਾਹਰ ਗੱਡੀ 'ਚੋਂ ਗੱਡੀ ਜਦੋਂ ਅਸੀਂ ਭੰਨਣ ਲੱਗ ਪਏ ਤਲਵਾਰਾਂ ਮਾਰੀਆਂ ਕਹਿੰਦੇ ਆ ਜਾਓ ਬਾਹਰ ਭੈਣ ਚੋਦੋ ਅਸੀਂ ਹੁਣ ਸਾਨੂੰ ਦੇਖ ਲਵਾਂਗੇ ਗਾਲਾਂ ਕੱਢੀਆਂ ਉਹਨਾਂ ਨੇ ਬਹੁਤ ਗੰਦੀਆਂ ਗੰਦੀਆਂ ਜਿਹੜੀਆਂ ਮੈਂ ਨਹੀਂ ਦੱਸ ਸਕਦਾ ਫਿਰ ਉਹਨੇ ਫੇਅਰ ਵੀ ਕੀਤੇ ਕਹਿੰਦੇ ਸਾਨੂੰ ਹਿਸਾਬ ਨਹੀਂ ਦੇਣਾ ਪੈਣਾ ਫੇਅਰਾਂ ਦਾ ਤੁਹਾਡੇ ਕੋਲ ਲਾਇਸੈਂਸੀ ਸਾਡੇ ਕੋਲ ਨਹੀਂ ਲਾਇਸੈਂਸੀ ਕਿੰਨੇ ਕੁ ਫਾਇਰ ਕੀਤਾ ਉਹਨਾਂ ਨੇ ਕੀਤੇ ਘੱਟੋ ਘੱਟ 5-10 ਅਤੇ ਕਿੰਨੇ ਕੁ ਬੰਦੇ ਸੀ ਘੱਟੋ ਘੱਟ 15-20 ਜਣੇ ਸੀਗੇ ਜੀ ਅੱਛਾ ਵਿੱਚੋਂ ਅਣਪਛਾਤੇ ਵੀ ਕੁਛ ਪਛਾਣ ਵੀ ਲਏ ਆ ਕਿੱਥੇ ਦੇ ਉਹਨਾਂ ਦੇ ਅਦੇ ਨਾਲੋਂ ਜ਼ਿਆਦਾ ਤਾਂ ਪਿੰਡ ਦੇ ਹੀ ਹੈ ਜੀ ਅੱਛਾ ਹਾਂਜੀ ਠੀਕ ਹੈ ਸਾਡੇ ਪਿੰਡ ਦੇ ਆ ਖਟਖੜ ਕਲਾਂ ਦੇ ਜੀ ਆਪਣੇ ਪਿੰਡ ਦੇ ਹੀ ਖਟਖੜ ਕਲਾਂ ਦੇ ਜੀ ਇੱਥੇ ਦੇ ਹੀ ਹੈ ਜੀ ਠੀਕ ਹੈ ਹਾਂਜੀ ਅਤੇ ਜਦੋਂ ਹੈ ਨਾ ਉਹਨਾਂ ਨੇ ਗੱਡੀ ਗੁੱਡੀਆਂ ਭੰਨ ਕੇ ਚੱਲ ਗਏ ਅਤੇ ਚੱਲ ਗਏ ਸੀ ਇੱਧਰ ਨੂੰ ਸਾਰੇ ਅਤੇ ਅਸੀਂ ਮੈਂ ਕਿਹਾ ਚੱਲ ਦੇਖੀਏ ਬਾਹਰ ਕੀ ਹੋਇਆ ਨਾ ਬਸ ਇੱਧਰ ਮੇਰਾ ਭਰਾ ਬਾਹਰ ਆਇਆ ਅਤੇ ਉਹਨੇ ਮੇਰੇ ਭਰਾ ਨੂੰ ਆਉਂਦੇ ਨੂੰ ਹੀ ਉਹ ਇੱਧਰੋਂ ਪਤਾ ਨਹੀਂ ਕਿੱਧਰੋਂ ਆ ਗਏ ਭਾਅ ਜੀ ਉਹਨੇ ਆਉਂਦੇ ਨੇ ਭਰਾ ਨੂੰ ਕੋਮੇਟੇ ਨੂੰ ਫੜ ਲਿਆ ਉਹਦੇ ਸਿਰ 'ਚ ਮਾਰੀਆਂ ਤਲਵਾਰਾਂ ਉਹਦੇ ਟੱਕ ਲੱਗੀ ਉਹ ਆ ਕੀ ਨਾਂ ਹੈ ਉਹਦਾ ਗੁਰਦੀਪ ਸਿੰਘ ਹੈ ਜੀ ਉਹਦਾ ਨਾਂ ਕਿੰਨੀ ਉਮਰ ਉਹਨਾਂ ਦੀ ਹੈਗੀ ਆ 32 ਸਾਲਾ ਹਾਂਜੀ ਉਹਨਾਂ ਦੇ ਸਿਰ ਟੱਕ ਲਾਏ ਜੀ ਵੱਢ ਦਿੱਤਾ ਉਹਨਾਂ ਨੇ ਚੰਗਾ ਵੱਢਿਆ ਮੇਰੀ ਮੰਮੀ ਆ ਕੇ ਮੰਮੀ ਨੇ ਬਚਾਇਆ ਉੱਪਰ ਆ ਕੇ ਲੰਮੀ ਪੈ ਗਈ ਰੌਲਾ ਰੂਲਾ ਪਾ ਕੇ ਉੱਪਰ ਬੁੜੀਆਂ ਨੇ ਵੀ ਰੌਲਾ ਬਹੁਤ ਪਾਇਆ ਪੁੱਤ ਨਾ ਵੱਢੋ ਨਾ ਵੱਢੋ ਹਟਦੇ ਹੀ ਨਹੀਂ ਸੀਗੇ ਜੀ ਵੱਢਣ ਉਹਨਾਂ ਚੰਗੇ ਟੱਕ ਲੱਗ ਗਏ ਅਤੇ ਮਸੀਂ ਬਚਾਅ ਹੋਇਆ ਜੀ ਰੱਬ ਵੱਲੋਂ ਹੀ ਕੋਈ ਕੇਸ ਨਹੀਂ ਸੀ ਪਤਾ ਨਹੀਂ ਨਸ਼ੇ ਕੀਤੇ ਸੀਗੇ ਪਤਾ ਲੱਗਦਾ ਨਹੀਂ ਸੀਗਾ ਮੇਰੇ ਵੀ ਲੱਗੀ ਹੈ ਬਾਂਹ 'ਤੇ ਟੱਕ ਲੱਗਾ ਮੇਰੇ ਬਾਂਹ 'ਤੇ ਤਲਵਾਰ ਮਾਰੀ ਆ ਹਾਂਜੀ ਫੁਟੇਜ ਕੈਮਰੇ 'ਚ ਆਈ ਆ ਹਾਂਜੀ ਕੈਮਰੇ 'ਚ ਫੋਟੋਆਂ ਆਈਆਂ ਆ ਇੱਥੇ ਜਾਂਦਿਆਂ ਦੀ ਆਉਂਦਿਆਂ ਦੀ ਆ ਵੀ ਆ ਸਾਰਿਆਂ ਦੀ ਅਤੇ ਜਿਹੜੀ ਪਛਾਣ 'ਚ ਉਹਨਾਂ ਦੇ ਨਾਂ ਦਾ ਹਾਂਜੀ ਅੰਕੁਸ਼ ਆ ਪਿੰਦਾ ਆ ਜੇਸੀ ਆ ਗੋਲੂ ਆ ਮੁੰਡਾ ਆ ਅਤੇ ਗੋਲੂ ਆ ਪਿੰਦਾ ਆ ਅੰਕੁਸ਼ ਗੋਲੂ ਕੀਤਾ ਨਿੰਦਾ ਜੇਸੀ ਸਾਰੇ ਹੀ ਸੀਗੇ ਜੀ ਜਿੰਨੇ ਆ ਧਰਮੀਆਂ ਦੇ ਮੁੰਡੇ ਆ ਲਾਡੀ ਅਤੇ ਲਾਡੀ ਖੱਲੂ ਇਹ ਸਾਰੇ ਸੀਗੇ ਜੀ ਲਾਡੀ ਅਤੇ ਲੱਕੀ ਭਾਈ ਦੇ ਸ਼ਹਿਰ ਨਾਲ ਲੱਗਦਾ ਲੱਕੀ ਬਾਬਾ ਝੰਡਾ ਜੀ ਵਾਲੇ ਹਾਂਜੀ ਹਾਂਜੀ ਉਹਨਾਂ ਦੇ ਸ਼ਹਿਰ ਨਾਲ ਹੀ ਹੋਇਆ ਜੀ ਸਾਰਾ ਕੁਛ ਉਹੀ ਕਰਾਉਂਦੇ ਜੋ ਕਰਾਉਂਦੇ ਪਿੰਡ 'ਚ ਇੱਦਾਂ ਹੋਣਾ ਨਹੀਂ ਚਾਹੀਦਾ ਕਿੰਨਾ ਮਾਹੌਲ ਖਰਾਬ ਹੋਇਆ ਸਾਰੇ ਵੱਢ ਵੱਢਾ ਗਏ ਸੀ ਘਰਾਂ ਦੇ ਲਕੁੰਡੇ ਲਾ ਕੇ ਬਹਿ ਗਏ ਸੀ ਸਾਰੇ ਹਾਂਜੀ ਅਤੇ ਪੁਲਿਸ ਨੂੰ ਵੱਲੋਂ ਐਡਮਿਟ ਕੀਤਾ ਗਿਆ ਹਾਂਜੀ ਪੁਲਿਸ ਆਈ ਸੀਗੀ ਉਹ ਹਾਂਜੀ ਪੁਲਿਸ ਆਏ ਸੀਗੀ ਅਤੇ ਆ ਉਹ ਪੁੱਛ ਪੁੱਛ ਕੇ ਇਸ ਕਰਕੇ ਚੱਲ ਗਏ ਆਪਣੀ ਬਾਕੀ ਉਹ ਦੇਖੋ ਕੀ ਕਾਰਵਾਈ ਕਰਦੇ ਆ ਮਾਮਲਾ ਦਰਜ ਨਹੀਂ ਹਲੇ ਮਾਮਲਾ ਕੋਈ ਨਹੀਂ ਦਰਜ ਕੀਤਾ ਦੇਖੋ ਕੀ ਕਰਦੇ ਆ ਕੀ ਮੰਗ ਗਈ ਹੁਣ ਤੁਹਾਡੀ ਹਾਂਜੀ ਕੀ ਮੰਗ ਕੀ ਹੈ ਸਾਡੀ ਮੰਗ ਜੀ ਇਹੀ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਇਨਸਾਫ਼ ਉਹ ਦਿੱਤਾ ਜਾਵੇ ਜੋ ਬਣਦਾ ਹੱਕ ਆ ਕਿ ਇੱਦਾਂ
रब ना करे किसी का भी पोतिया उन्होंने भी है कल उन्होंने भी वड हो सकते कि ना कि कोई भी वड सकता ठीक है जी। हुण सानू तां साडे तां घर बाहर जाना भी औखा हो गया जिद्दां उह आउंदे 25-25 30 तलवारां लैके जी उड़दे जांदे आ। हाँ जी ਅਤੇ ਜੀਤੇ ਕੇ ਘਰ ਗਏ ਉੱਧਰ ਸਾਡਾ ਮੇਰਾ ਭਰਾ ਜੀਤਾ ਉਹਨਾਂ ਦੇ ਘਰ ਵੱਡੇ ਜੀ ਇੱਥੇ ਵੀ 7-8 ਗੇਟ ਵੱਡੇ ਹੋ ਆ। ਹਾਂਜੀ ਕਿਸੇ ਨਾਲ ਕੋਈ ਬੈਨ ਲਿੰਕ ਨਹੀਂ ਸੀਗਾ ਜੀ 7-8 ਗੇਟ ਵੱਢਣ ਦੀ ਕੀ ਲੋੜ ਹੈ ਕਿਸੇ ਨਾਲ ਕੁਛ ਨਹੀਂ ਗੱਡੀਆਂ ਭੰਨ ਗਏ ਇਹਨਾਂ ਦੇ ਵੀ ਕੋਈ ਲਿੰਕ ਨਹੀਂ ਇਹਨਾਂ ਦੇ ਵੀ ਗੱਡੀ ਭੰਨ ਗਏ ਲੋਕਡਾਊਨ ਚੱਲਦਾ ਪਿਆ ਆ ਪੈਸੇ ਕਿਸੇ ਕੋਲ ਨਹੀਂ ਹੈਗੇ ਕੰਮ 'ਤੇ ਕੋਈ ਨਹੀਂ ਜਾਂਦਾ ਕੌਣ ਕੌਣ ਠੀਕ ਕਰੂਗਾ ਕਿੱਥੋਂ ਪੈਸੇ ਲਾਊਗਾ ਜੀ ਕਮਾਈ ਦਾ ਕੋਈ ਸਾਧਨ ਹੈ ਨਹੀਂ ਪਤਾ ਨਹੀਂ ਕੀ ਆ ਨਸ਼ੇ ਕਰਕੇ ਆ ਗਏ ਜੀ ਬਹੁਤ ਕੰਮ ਖਰਾਬ ਕੀਤਾ ਜੀ ਇੱਦਾਂ ਦਾ ਮਾਹੌਲ ਕਦੇ ਦੇਖਿਆ ਜੀ ਇਹ ਤਾਂ ਫਿਲਮਾਂ 'ਚ ਵੀ ਨਹੀਂ ਹੁੰਦਾ ਇੱਦਾਂ ਦਾ ਬਹੁਤ ਗੰਦ ਪਾਇਆ ਜੀ ਚੰਗਾ ਨਹੀਂ ਲੱਗਦਾ ਪਿੰਡ 'ਚ ਇੱਦਾਂ ਦੇ ਨਿਆਣੇ ਨੂੰ ਬਾਈਕਾਟ ਕੀਤਾ ਜਾਵੇ ਕਿਹਦੀ ਕਿਹਦੀ ਸੱਟਾਂ ਲੱਗੀ ਮੇਰੇ ਬ੍ਰਦਰ ਦੇ ਸੱਟ ਲੱਗੀ ਹੈ ਜੀ ਆਹ ਮੇਰੇ ਲੱਗੀ ਆ ਮੇਰੇ ਭਰਾ ਦੇ 15 ਟਾਂਕੀ ਲੱਗੇ ਆ ਮੋਟੇ ਨੇ ਲੱਗੀਆਂ ਆ ਇੱਧਰ ਪਿੱਛੇ ਵੀ 7 ਟੱਕ ਲੱਗੇ ਹੋ ਆ ਇੱਥੇ ਪੱਟ ਦੇ ਵੀ ਟੱਕ ਲੱਗੇ ਜੀ ਉਹਦੇ ਔਰ ਇਸ ਵੇਲੇ ਉੱਥੇ ਜਿੱਦਾਂ ਹੋਸਪਿਟਲ ਆ ਇਹ ਮੇਰੇ ਵੀ ਨੋਟਸ ਆਇਆ ਸਵੇਰੇ ਇਹਦੇ ਸੰਬੰਧ ਦੇ ਵਿੱਚ ਮੈਂ SHO ਸਾਹਿਬ ਨੂੰ ਉੱਥੇ ਭੇਜਿਆ ਆਪਣੇ ਨੂੰ ਜੋ ਵੀ ਕਾਨੂੰਨ ਦੇ ਦਾਇਰੇ 'ਚ ਜੋ ਵੀ ਹੋਏਗਾ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ਜਿਹਨੇ ਵੀ ਕੋਈ ਵਾਧੂ ਕੰਮ ਕੀਤਾ ਆ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ ਜਿਹੜੀ ਫੁਟੇਜ ਵੀ ਸਾਹਮਣੇ ਆਈ ਆ ਅਤੇ ਉਹਨੂੰ ਵੀ ਉਹਦੇ ਵਿੱਚ ਵੀ ਉਹ ਕਹਿੰਦੇ ਬੰਦੇ ਪਹਿਚਾਣ ਲਿਆ ਕੋਈ 11 ਬੰਦੇ ਪਿੰਡ ਆ ਕੋਈ ਸਰਕਾਰ ਨੂੰ ਨਾ ਬੁਲਾਇਆ ਗਿਆ ਵਾਧੂ ਕੀਤੀ ਉਹ ਇੱਕ ਬੰਦਾ ਇੰਜਰਡ ਵੀ ਆ ਅਤੇ ਉਹਦੇ ਦੇਖੋ ਜੋ ਹੁਣ ਮਦਈ ਹੈ ਜਿਹਦੇ ਸੱਟਾਂ ਲੱਗੀਆਂ ਉਹਦੇ ਜਾ ਕੇ ਬਿਆਨ ਲਿਖਾਂਗੇ ਜੋ ਬਾਈ ਨੇਮ ਜੋ ਵੀ ਨਹੀਂ ਜਿਹੜੇ ਨਹੀਂ ਪਛਾਣੇ ਗਏ ਉਹ ਸਾਡਾ ਕੰਮ ਆ ਫਿਰ ਉਹਨੂੰ ਲੱਭਣਾ ਮੈਰਿਟ 'ਤੇ ਹੋਏਗਾ ਜੋ ਵੀ ਕੁਛ ਹੋਏਗਾ ਜੋ ਸਖ਼ਤ ਤੋਂ ਸਖ਼ਤ ਕਾਰਵਾਈ ਕਰੀ ਜਾਏਗੀ। ਨਵਾਂ ਸ਼ਹਿਰ ਤੋਂ ਤੇਜ਼ ਪ੍ਰਕਾਸ਼ ਖਾਲਸਾ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।